डियर स्टूडेंट्स, लोकतंत्र नूं लोकां दा शासन मन्निया जांदा है जिस विच फैसले लैण दी शक्ति भाव किस तरह दे कानून बणनगे, किस तरह शासन प्रबंध चलाया जाएगा लोकां कोल हुंदी है। परंतु लोकतंत्र दो तरह दा हुंदा है, प्रतिनिधि लोकतंत्र अते प्रत्यक्ष लोकतंत्र। इस क्वेश्चन दे विच असीं डिस्कस करांगे कि प्रतिनिधि लोकतंत्र दीआं कीड़ियां-कीड़ियां मुख विशेषतावां हन, कीड़े-कीड़े प्रतिनिधि लोकतंत्र दे विच गुण हन जिन्हां कारण प्रतिनिधि लोकतंत्र नूं ही दुनिया के बहुते राज्यां दे विच, जां असीं कह सकदे हां सारे राज्यां दे विच, अज दे समें दे विच प्रतिनिधि लोकतंत्र नूं ही अपनाया जांदा है, प्रत्यक्ष लोकतंत्र नूं नहीं अपनाया जांदा। इस क्वेश्चन दे विच असीं प्रतिनिधि लोकतंत्र दे गुणां बारे अध्ययन करांगे। प्रतिनिधि लोकतंत्र दा पहला गुण है स्थिर सरकार। प्रतिनिधि लोकतंत्र दे विच सरकार स्थिर हुंदी है क्योंकि नागरिकां द्वारा अपने जिहड़े प्रतिनिधि ने एक निश्चित समें लई चुने जांदे हन ਅਤੇ ਉਸ ਨਿਸ਼ਚਿਤ ਸਮੇਂ ਤੋਂ ਪਹਿਲਾਂ ਉਹਨਾਂ ਨੂੰ ਫਿਰ ਬਦਲਿਆ ਨਹੀਂ ਜਾ ਸਕਦਾ। ਇਸ ਤਰ੍ਹਾਂ ਇੱਕ ਨਿਸ਼ਚਿਤ ਸਮਾਂ ਮਿਲਦਾ ਹੈ ਸਰਕਾਰ ਨੂੰ ਕੰਮ ਕਰਨ ਲਈ। ਜਿਵੇਂ ਪ੍ਰਤੀਨਿਧੀ ਜੋ ਨਿਸ਼ਚਿਤ ਸਮੇਂ ਲਈ ਚੁਣੇ ਜਾਂਦੇ ਹਨ ਉਹਨਾਂ ਤੋਂ ਹੀ ਅੱਗੇ ਸਰਕਾਰ ਦਾ ਗਠਨ ਹੁੰਦਾ ਹੈ, ਇਸ ਲਈ ਸਰਕਾਰ ਵੀ ਆਪਣਾ ਕਾਰਜਕਾਲ ਆਸਾਨੀ ਨਾਲ ਪੂਰਾ ਕਰਦੀ ਹੈ। ਇਸ ਦੇ ਉਲਟ ਪ੍ਰਤੱਖ ਲੋਕਤੰਤਰ ਵਿੱਚ ਵੋਟਰਾਂ ਵਿੱਚ ਆਪਣੇ ਪ੍ਰਤੀਨਿਧਾਂ ਨੂੰ ਵਾਪਸ ਬੁਲਾਉਣ ਦਾ ਅਧਿਕਾਰ ਹੁੰਦਾ ਹੈ। ਬੇਸ਼ੱਕ 5 ਸਾਲ ਦਾ ਕਾਰਜਕਾਲ ਹੋਵੇ, 2 ਸਾਲ ਬਾਅਦ ਵੀ ਉਹ ਵਾਪਸ ਬੁਲਾ ਸਕਦੇ ਹਨ। ਇਸ ਤਰ੍ਹਾਂ ਨਾ ਪ੍ਰਤੀਨਿਧਾਂ ਦੇ ਕਾਰਜਕਾਲ ਦੇ ਵਿੱਚ ਸਥਿਰਤਾ ਹੁੰਦੀ ਹੈ ਅਤੇ ਨਾ ਹੀ ਸਰਕਾਰ ਦੇ ਕਾਰਜਕਾਲ ਵਿੱਚ ਸਥਿਰਤਾ ਹੁੰਦੀ ਹੈ। ਪ੍ਰਤੀਨਿਧੀ ਲੋਕਤੰਤਰ ਦੇ ਵਿੱਚ ਨੀਤੀ ਨਿਰਮਾਣ ਦੇ ਵਿੱਚ ਵੀ ਆਸਾਨੀ ਰਹਿੰਦੀ ਹੈ। ਇਸ ਇੱਕ ਵਧੀਆ ਨੀਤੀ ਨਿਰਮਾਣ ਲਈ ਅਤੇ ਉਸ ਨੂੰ ਕੁਸ਼ਲਤਾਪੂਰਵਕ ਲਾਗੂ ਕਰਨ ਲਈ ਰਾਜਨੀਤਿਕ ਸਥਿਰਤਾ ਦੀ ਜ਼ਰੂਰਤ ਹੁੰਦੀ ਹੈ, ਰਾਜਨੀਤਿਕ ਇੱਕ ਰੂਪਤਾ ਦੀ ਜ਼ਰੂਰਤ ਹੁੰਦੀ ਹੈ। ਭਾਵ ਜਿਹੜੇ ਡਿਸੀਜਨ ਮੇਕਰ ਹਨ ਉਹ ਇੱਕ ਪੋਲੀਟੀਕਲ ਪਾਰਟੀ ਨਾਲ ਰਿਲੇਟਡ ਹੋਣੇ ਚਾਹੀਦੇ ਹਨ। ਅਪ੍ਰਤੱਖ ਲੋਕਤੰਤਰ ਜਾਂ ਪ੍ਰਤੀਨਿਧੀ ਲੋਕਤੰਤਰ ਦੇ ਵਿੱਚ ਸਰਕਾਰ ਦਾ ਨਿਰਮਾਣ, ਸਰਕਾਰ ਦਾ ਗਠਨ ਇੱਕ ਹੀ ਪੋਲੀਟੀਕਲ ਪਾਰਟੀ ਕਰਦੀ ਹੈ, ਇਸ ਲਈ ਇਸਦਾ ਕਾਰਜਕਾਲ ਵੀ ਪ੍ਰਧਾਨਗੀ ਪ੍ਰਣਾਲੀ 'ਚ ਤਾਂ ਸਥਿਰ ਹੁੰਦਾ ਹੀ ਹੈ। ਇੱਕ ਪੋਲੀਟੀਕਲ ਪਾਰਟੀ ਦੁਆਰਾ ਬਣਾਈ ਗਈ ਹੋਣ ਕਰਕੇ ਸਰਕਾਰ ਦਾ ਕਾਰਜਕਾਲ ਪ੍ਰੈਕਟੀਕਲ ਤੌਰ 'ਤੇ ਸੰਸਦੀ ਪ੍ਰਣਾਲੀ ਦੇ ਵਿੱਚ ਵੀ ਨਿਸ਼ਚਿਤ ਹੀ ਹੁੰਦਾ ਹੈ। ਇਸ ਤਰ੍ਹਾਂ ਸਰਕਾਰ ਨੂੰ ਇੱਕ ਫਿਕਸ ਟਰਮ ਮਿਲਦੀ ਹੈ, ਫਿਕਸ ਸਮਾਂ ਮਿਲਦਾ ਹੈ ਜਿਸ ਸਮੇਂ ਦੇ ਦੌਰਾਨ ਉਹ ਆਸਾਨੀ ਨਾਲ ਲੌਂਗ ਰਨ ਦੀਆਂ ਨੀਤੀਆਂ ਬਣਾ ਸਕਦੀ ਹੈ, ਲੰਬੇ ਸਮੇਂ ਦੀਆਂ ਨੀਤੀਆਂ ਬਣਾ ਸਕਦੀ ਹੈ। ਪ੍ਰਤੀਨਿਧੀ ਲੋਕਤੰਤਰ ਦੇ ਵਿੱਚ ਯੋਗ ਲੀਡਰਸ਼ਿਪ ਦੀਆਂ ਸੇਵਾਵਾਂ ਲੈਣੀਆਂ ਆਸਾਨ ਹਨ ਪ੍ਰਤੱਖ ਲੋਕਤੰਤਰ ਦੇ ਮੁਕਾਬਲੇ, ਕਿਉਂਕਿ ਪ੍ਰਤੀਨਿਧੀ ਲੋਕਤੰਤਰ ਦੇ ਵਿੱਚ ਲੀਡਰ ਦੇ ਹਰ ਫੈਸਲੇ ਦੀ ਪਰਖ ਕਰਨ ਦੀ ਸ਼ਕਤੀ ਜਨਤਾ ਕੋਲ ਤੁਰੰਤ ਨਹੀਂ ਹੁੰਦੀ। ਜਨਤਾ ਫੈਸਲਾ ਕਰ ਸਕਦੀ ਹੈ, ਪਰਖ ਕਰ ਸਕਦੀ ਹੈ, ਪਰੰਤੂ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਜਦੋਂ ਅਗਲੀ ਇਲੈਕਸ਼ਨ ਆਉਂਦੀ ਹੈ। ਜੇਕਰ ਫੈਸਲਾ ਚੰਗਾ ਹੈ, ਲੀਡਰ ਚੰਗਾ ਹੈ, ਦੂਰਦਰਸ਼ੀ ਹੈ, ਤਾਂ ਉਦੋਂ ਤੱਕ ਉਸ ਲੀਡਰ ਦੇ ਫੈਸਲੇ ਦੇ ਫਲ ਵੀ ਮਿਲਣੇ ਸ਼ੁਰੂ ਹੋ ਜਾਂਦੇ ਹਨ। ਇਸ ਤਰ੍ਹਾਂ ਜੇ ਕੋਈ ਲੀਡਰ ਚੰਗਾ ਹੈ ਤਾਂ ਉਸ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲ ਜਾਂਦਾ ਹੈ। ਇਹ ਨਹੀਂ ਹੈ ਜਿਵੇਂ ਪ੍ਰਤੱਖ ਲੋਕਤੰਤਰ ਦੇ ਵਿੱਚ ਹੈ ਕਿ ਲੀਡਰ ਨੇ ਫੈਸਲਾ ਲਿਆ ਹੈ, ਉਸ 'ਤੇ ਤੁਰੰਤ ਜਨਤਾ ਦੀ ਰਾਏ ਲਈ ਜਾਵੇਗੀ, ਤੁਰੰਤ ਰਾਏਸ਼ੁਮਾਰੀ ਕਰਵਾਈ ਜਾਵੇਗੀ ਜਾਂ ਤੁਰੰਤ ਉਸ 'ਤੇ ਕੋਈ ਰਿਫਰੈਂਡਮ ਕਰਵਾਇਆ ਜਾਏਗਾ। ਪ੍ਰਤੀਨਿਧੀ ਲੋਕਤੰਤਰ ਦੇ ਵਿੱਚ ਯੋਜਨਾਬੰਦੀ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ ਕਿਉਂਕਿ ਵਿਧਾਨ ਮੰਡਲ ਦਾ ਵੀ ਅਤੇ ਕਾਰਜਪਾਲਿਕਾ ਦਾ ਵੀ ਕਾਰਜਕਾਲ ਨਿਸ਼ਚਿਤ ਹੁੰਦਾ ਹੈ, ਇਸ ਲਈ ਲੰਬੇ ਸਮੇਂ ਲਈ ਯੋਜਨਾਬੰਦੀ ਕਰਨੀ ਫਿਰ ਉਸਨੂੰ ਲਾਗੂ ਕਰਨਾ ਆਸਾਨ ਹੁੰਦਾ ਹੈ। ਇਹਨਾਂ ਯੋਜਨਾਵਾਂ ਨਾਲ ਦੇਸ਼ ਦੇ ਆਧਾਰਭੂਤ ਢਾਂਚੇ ਦਾ, ਇਨਫਰਾਸਟ੍ਰਕਚਰ ਦਾ ਗਠਨ ਕੀਤਾ ਜਾ ਸਕਦਾ ਹੈ, ਨਿਰਮਾਣ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਪ੍ਰਤੀਨਿਧੀ ਲੋਕਤੰਤਰ ਦੇ ਵਿੱਚ ਜੋ ਯੋਜਨਾਬੰਦੀ ਹੈ ਉਹ ਪ੍ਰਤੱਖ ਲੋਕਤੰਤਰ ਦੇ ਮੁਕਾਬਲੇ ਵਧੇਰੇ ਪ੍ਰਭਾਵਸ਼ਾਲੀ ਹੁੰਦੀ ਹੈ। ਪ੍ਰਤੀਨਿਧੀ ਲੋਕਤੰਤਰ ਦੇ ਵਿੱਚ ਕਾਨੂੰਨ ਨਿਰਮਾਣ ਦੀ ਸ਼ਕਤੀ ਪ੍ਰੋਫੈਸ਼ਨਲ ਪੋਲੀਟੀਸ਼ੀਅਨ ਦੇ ਹੱਥ ਹੁੰਦੀ ਹੈ ਕਿਉਂਕਿ ਕਾਨੂੰਨ ਨਿਰਮਾਣ ਕੋਈ ਸਧਾਰਨ ਕੰਮ ਨਹੀਂ ਹੈ। ਕਾਨੂੰਨ ਨਿਰਮਾਣ ਇੱਕ ਅੱਤ ਦਰਜ ਦਾ ਤਕਨੀਕੀ ਕੰਮ ਹੈ, ਆਮ ਜਨਤਾ ਦੀ ਸਮਝ ਦੇ ਵਿੱਚ ਆਉਣਾ ਇਸ ਦਾ ਮੁਸ਼ਕਲ ਹੁੰਦਾ ਹੈ। ਅਪ੍ਰਤੱਖ ਲੋਕਤੰਤਰ ਦੇ ਵਿੱਚ ਕਾਨੂੰਨ ਨਿਰਮਾਣ ਦਾ ਕੰਮ ਜਿਹੜੇ ਪੇਸ਼ੇਵਰ ਰਾਜਨੀਤੀਵਾਨ ਨੇ, ਪ੍ਰੋਫੈਸ਼ਨਲ ਪੋਲੀਟੀਸ਼ੀਅਨ ਨੇ, ਉਹਨਾਂ ਦੇ ਹੱਥ ਵਿੱਚ ਹੁੰਦਾ ਹੈ। ਫਿਰ ਉਹਨਾਂ ਦੀ ਸਹਾਇਤਾ ਲਈ ਅੱਗੇ ਕਾਨੂੰਨੀ ਮਾਹਿਰਾਂ ਦੀਆਂ ਟੀਮਾਂ ਹੁੰਦੀਆਂ ਹਨ, ਇਸ ਲਈ ਕਾਨੂੰਨ ਦੇ ਵਿੱਚ ਕੋਈ ਕਮੀਆਂ ਪੇਸ਼ੀਆਂ ਜਾਂ ਊਣਤਾਈਆਂ ਰਹਿਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਪ੍ਰਤੀਨਿਧੀ ਲੋਕਤੰਤਰ ਦੀ ਪ੍ਰਣਾਲੀ ਪ੍ਰਤੱਖ ਲੋਕਤੰਤਰ ਦੇ ਮੁਕਾਬਲੇ ਘੱਟ ਖਰਚੀਲੀ ਪ੍ਰਣਾਲੀ ਹੁੰਦੀ ਹੈ ਕਿਉਂਕਿ ਇਸ ਵਿੱਚ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ 4 ਸਾਲ ਜਾਂ 5 ਸਾਲ ਜਿਹੜਾ ਵੀ ਸਮਾਂ ਰੱਖਿਆ ਹੁੰਦਾ ਹੈ ਸੰਵਿਧਾਨ ਦੇ ਵਿੱਚ, ਉਸ ਸਮੇਂ ਤੋਂ ਬਾਅਦ ਹੀ ਚੋਣਾਂ ਕਰਵਾਈਆਂ ਜਾਂਦੀਆਂ ਹਨ। ਪਰ ਪ੍ਰਤੱਖ ਲੋਕਤੰਤਰ ਦੇ ਵਿੱਚ ਕਦੇ ਜਨਮਤ ਸੰਗ੍ਰਹਿ ਕਰਵਾਉਣਾ ਪੈਂਦਾ ਹੈ, ਕਦੇ ਕਿਸੇ ਪ੍ਰਤੀਨਿਧੀ ਨੂੰ ਵਾਪਸ ਬੁਲਾਉਣ ਲਈ ਵੋਟਿੰਗ ਕਰਵਾਉਣੀ ਪੈ ਸਕਦੀ ਹੈ, ਉੱਥੇ ਅਕਸਰ ਚੋਣਾਂ ਹੁੰਦੀਆਂ ਰਹਿੰਦੀਆਂ ਹਨ, ਇਸ ਲਈ ਉਹ ਜ਼ਿਆਦਾ ਖਰਚੀਲੀ ਪ੍ਰਣਾਲੀ ਹੈ। 7ਵੀਂ ਵਿਸ਼ੇਸ਼ਤਾ ਹੈ ਪ੍ਰਤੀਨਿਧੀ ਲੋਕਤੰਤਰ ਦੀ ਕਿ ਵੱਡੇ ਰਾਜਾਂ ਲਈ ਇਹ ਜ਼ਿਆਦਾ ਢੁਕਵੀਂ ਹੈ ਕਿਉਂਕਿ ਅੱਜ ਕੱਲ੍ਹ ਦੇ ਰਾਜ ਤਕਰੀਬਨ ਸਾਰੇ ਹੀ ਬਹੁਤ ਵੱਡੇ ਵੱਡੇ ਨੇ, ਜਿੱਥੇ ਹਰ ਗੱਲ 'ਤੇ ਮਤਦਾਨ ਕਰਵਾਉਣਾ ਜਾਂ ਕੋਈ ਸਾਂਝੀ ਬੈਠਕ ਕਰਨਾ ਤਾਂ ਬਿਲਕੁਲ ਹੀ ਪੋਸੀਬਲ ਨਹੀਂ ਹੁੰਦਾ। ਹਰ ਵਿਸ਼ੇ 'ਤੇ, ਕਿਸੇ ਕਾਨੂੰਨ 'ਤੇ, ਸੰਵਿਧਾਨਕ ਸੋਧ 'ਤੇ
ਕਿਸੇ ਸੰਧੀ ਸਮਝੌਤੇ ਤੇ ਸਾਰੇ ਲੋਕਾਂ ਤੋਂ ਮਤਦਾਨ ਕਰਵਾਉਣਾ ਪੋਸੀਬਲ ਨਹੀਂ ਹੁੰਦਾ। ਇਹ ਛੋਟੇ ਰਾਜਾਂ ਦੇ ਵਿੱਚ ਤਾਂ ਪੜ੍ਹਾਈ ਜਾ ਸਕਦੀ ਹੈ, ਪਰੰਤੂ ਅੱਜ ਕੱਲ੍ਹ ਦੇ ਰਾਜ ਜਿਨ੍ਹਾਂ ਦੀ ਆਬਾਦੀ ਕਰੋੜਾਂ ਦੇ ਵਿੱਚ ਹੈ, ਅਰਬਾਂ ਦੇ ਵਿੱਚ ਹੈ, ਜਿਵੇਂ ਭਾਰਤ ਦੀ ਆਬਾਦੀ 138 ਕਰੋੜ ਹੈ, ਇਸ ਪਰੰਤੂ ਜਿਹੜੇ ਸਾਡੇ ਨੁਮਾਇੰਦੇ ਨੇ ਉਹ 545 ਲੋਕ ਸਭਾ ਦੇ, 245 ਰਾਜ ਸਭਾ ਦੇ ਨੇ। USA ਦੀ ਆਬਾਦੀ 33 ਕਰੋੜ ਹੈ, ਪਰੰਤੂ ਉਹਨਾਂ ਦੇ ਨੁਮਾਇੰਦੇ ਨੇ ਜਿਹੜੇ ਦੋਨਾਂ ਸਦਨਾਂ ਦੇ ਮਿਲਾ ਕੇ 535 ਬਣਦੇ ਨੇ। ਬ੍ਰਾਜ਼ੀਲ ਦੀ ਆਬਾਦੀ 21 ਕਰੋੜ ਹੈ, ਪਰੰਤੂ ਉਸਦੇ ਨੁਮਾਇੰਦੇ ਨੇ ਜਿਹੜੇ 513+81 ਨੇ। ਇਸ ਤਰ੍ਹਾਂ ਪ੍ਰਤੀਨਿਧੀ ਲੋਕਤੰਤਰ ਦੇ ਵਿੱਚ ਥੋੜ੍ਹੇ ਨੁਮਾਇੰਦੇ ਚੁਣ ਕੇ ਵੀ ਲੋਕਤੰਤਰ ਨੂੰ ਚਾਲੂ ਰੱਖਿਆ ਜਾ ਸਕਦਾ ਹੈ, ਚੱਲਦਾ ਰੱਖਿਆ ਜਾ ਸਕਦਾ ਹੈ। ਪਰੰਤੂ ਜੇਕਰ ਇਹਨਾਂ ਰਾਜਾਂ ਦੇ ਵਿੱਚ ਕਿਤੇ ਪ੍ਰਤੱਖ ਲੋਕਤੰਤਰ ਲਾਗੂ ਕੀਤਾ ਜਾਵੇ ਤਾਂ 21 ਕਰੋੜ, 33 ਕਰੋੜ ਜਾਂ 138 ਕਰੋੜ ਲੋਕਾਂ ਤੋਂ ਹਰ ਵਿਸ਼ੇ 'ਤੇ ਵੋਟਿੰਗ ਕਰਵਾਉਣਾ ਇਹ ਬਹੁਤ ਵੱਡੀ ਐਕਸਰਸਾਈਜ਼ ਹੋਵੇਗੀ, ਜਿਸ ਦਾ ਕੋਈ ਲਾਭ ਨਹੀਂ ਹੋਵੇਗਾ ਬਲਕਿ ਨੁਕਸਾਨ ਜ਼ਿਆਦਾ ਹੋਵੇਗਾ। 8ਵੀਂ ਵਿਸ਼ੇਸ਼ਤਾ ਹੈ ਇਸਦੀ ਕਿ ਜਿਹੜੇ ਪ੍ਰੋਗਰੈਸਿਵ ਕਾਨੂੰਨ ਨੇ ਉਹਨਾਂ ਨੂੰ ਪਾਸ ਕਰਨਾ ਆਸਾਨ ਹੁੰਦਾ ਹੈ ਅਪ੍ਰਤੱਖ ਲੋਕਤੰਤਰ ਦੇ ਵਿੱਚ। ਜੇਕਰ ਹਰ ਕਾਨੂੰਨ ਦਾ ਨਿਰਮਾਣ ਜਨਤਾ ਦੇ ਹੱਥਾਂ ਵਿੱਚ ਹੋਵੇ ਤਾਂ ਕਦੇ ਵੀ ਉਹ ਕਾਨੂੰਨ ਜਿਹੜਾ ਮੌਜੂਦਾ ਸਮਾਜਿਕ ਵਿਵਸਥਾ ਤੋਂ ਹਟਵਾਂ ਹੈ, ਥੋੜ੍ਹਾ ਬਹੁਤਾ ਮੌਜੂਦਾ ਰੀਤੀ ਰਿਵਾਜ਼ ਤੋਂ ਹਟਵਾਂ ਹੈ, ਉਹ ਕਦੇ ਵੀ ਪਾਸ ਨਹੀਂ ਹੋ ਸਕੇਗਾ। ਕੋਈ ਵੀ ਸਮਾਜਿਕ ਬੁਰਾਈ ਭਾਵੇਂ ਜਿੰਨੀ ਮਰਜ਼ੀ ਅਨੈਤਿਕ ਹੋਵੇ, ਜਿੰਨੀ ਮਰਜ਼ੀ ਅਣਮਨੁੱਖੀ ਹੋਵੇ, ਉਸ ਨੂੰ ਕਾਨੂੰਨ ਦੁਆਰਾ ਹਟਾਉਣਾ ਪ੍ਰਤੱਖ ਲੋਕਤੰਤਰ ਦੇ ਵਿੱਚ ਸੰਭਵ ਨਹੀਂ ਹੁੰਦਾ, ਕਿਉਂਕਿ ਜੋ ਸਮਾਜਿਕ ਬੁਰਾਈਆਂ ਹੁੰਦੀਆਂ ਹਨ ਸਾਡੀ ਮਾਨਸਿਕਤਾ ਵਿੱਚ ਘਰ ਕਰ ਜਾਂਦੀਆਂ ਹਨ। ਇਸ ਲਈ ਜਦੋਂ ਸਾਰੀ ਜਨਤਾ ਦੇ ਹੱਥ ਵਿੱਚ ਹੋਵੇ ਕਿਸੇ ਇਸ ਤਰ੍ਹਾਂ ਦੇ ਕਾਨੂੰਨ ਦਾ ਨਿਰਮਾਣ ਕਰਨਾ ਤਾਂ ਉਸ ਦੇ ਵਿੱਚ ਸਫਲਤਾ ਪ੍ਰਾਪਤ ਕਰਨਾ ਮੁਸ਼ਕਲ ਹੋ ਜਾਂਦਾ ਹੈ। 9ਵਾਂ ਲਾਭ ਹੈ ਪ੍ਰਤੀਨਿਧੀ ਲੋਕਤੰਤਰ ਦਾ ਕਿ ਇਹ ਇੱਕ ਸੁਮੇਲ ਸਾਨੂੰ ਦਿੰਦਾ ਹੈ ਜਨਤਕ ਇੱਛਾ ਅਤੇ ਪੇਸ਼ੇਵਰ ਸ਼ਾਸਨ ਦਾ। ਲੋਕਤੰਤਰ ਦੇ ਵਿੱਚ ਜਨਤਕ ਇੱਛਾ ਸਰਵਉੱਚ ਹੁੰਦੀ ਹੈ, ਪਰ ਸ਼ਾਸਨ ਦਾ ਕੰਮ ਅੱਜ ਕੱਲ੍ਹ ਇੰਨਾ ਕੰਪਲੀਕੇਟਡ ਹੈ ਕਿ ਉਸ ਨੂੰ ਆਮ ਵਿਅਕਤੀ ਨਹੀਂ ਚਲਾ ਸਕਦਾ। ਫਿਰ ਉਹਦੇ ਵਿੱਚ ਇਹ ਇੱਕ ਸੁਮੇਲ ਪੈਦਾ ਕਰਦਾ ਹੈ ਜੋ ਪ੍ਰਤੀਨਿਧੀ ਲੋਕਤੰਤਰ ਹੈ, ਜਿੱਥੇ ਜਨਤਾ ਨੂੰ ਆਪਣੀ ਇੱਛਾ ਪ੍ਰਗਟ ਕਰਨ ਦਾ ਮੌਕਾ ਵੀ ਮਿਲਦਾ ਹੈ ਅਤੇ ਆਪਣੇ ਸ਼ਾਸਕ ਚੁਣਨ ਦਾ ਮੌਕਾ ਵੀ ਮਿਲਦਾ ਹੈ। ਸਰਕਾਰ ਚਲਾਉਣ ਦਾ ਕੰਮ ਜਿਹੜਾ ਇੱਕ ਤਕਨੀਕੀ ਕੰਮ ਹੈ ਉਹ ਪ੍ਰੋਫੈਸ਼ਨਲ ਪੋਲੀਟੀਸ਼ੀਅਨ ਦੇ ਹੱਥ ਵਿੱਚ ਹੁੰਦਾ ਹੈ। ਜਿਹੜੇ ਇਹ ਰਾਜਨੀਤਿਕ ਆਗੂ ਨੇ ਪ੍ਰੋਫੈਸ਼ਨਲ ਪੋਲੀਟੀਸ਼ੀਅਨ ਹੁੰਦੇ ਹਨ, ਇਹਨਾਂ ਨੂੰ ਹੋਰ ਐਕਸਪਰਟ ਸਹਿਯੋਗ ਪ੍ਰਾਪਤ ਹੁੰਦਾ ਹੈ। ਉਹ ਐਕਸਪਰਟ ਸਹਿਯੋਗ ਜੋ ਹੈ ਉਹ ਬਿਊਰੋਕਰੇਸੀ ਦਾ ਭਾਵ ਨੌਕਰਸ਼ਾਹੀ ਦਾ ਹੁੰਦਾ ਹੈ, ਜਿਹੜੇ ਆਪੋ ਆਪਣੇ ਖੇਤਰ ਦੇ ਵਿੱਚ ਮਾਹਿਰ ਹੁੰਦੇ ਹਨ। ਇਸ ਤਰ੍ਹਾਂ ਜੋ ਅਪ੍ਰਤੱਖ ਲੋਕਤੰਤਰ ਹੈ ਉਹ ਸਾਨੂੰ ਇੱਕ ਸੁਮੇਲ ਪੈਦਾ ਕਰਕੇ ਦਿੰਦਾ ਹੈ ਜਨਤਕ ਇੱਛਾ ਦਾ ਅਤੇ ਪੇਸ਼ੇਵਰ ਸ਼ਾਸਨ ਪ੍ਰਣਾਲੀ ਦਾ। ਪ੍ਰਤੀਨਿਧੀ ਲੋਕਤੰਤਰ ਦੀ 10ਵੀਂ ਵਿਸ਼ੇਸ਼ਤਾ ਹੈ ਕਿ ਸੰਕਟ ਕਾਲ ਲਈ ਇਹ ਪ੍ਰਣਾਲੀ ਜ਼ਿਆਦਾ ਢੁਕਵੀਂ ਹੈ, ਕਿਉਂਕਿ ਸੰਕਟ ਕਾਲ ਕਿਸੇ ਵੀ ਤਰ੍ਹਾਂ ਦਾ ਹੋਵੇ ਸੰਕਟ ਕਾਲ ਮੰਗ ਕਰਦਾ ਹੈ ਕਿ ਕਾਰਵਾਈ ਤੁਰੰਤ ਹੋਣੀ ਚਾਹੀਦੀ ਹੈ। ਤੁਰੰਤ ਕਾਰਵਾਈ ਕਰਨੀ ਪ੍ਰਤੱਖ ਲੋਕਤੰਤਰ ਵਿੱਚ ਉਨੀ ਸੰਭਵ ਨਹੀਂ ਹੁੰਦੀ ਜਿੰਨੀ ਅਪ੍ਰਤੱਖ ਲੋਕਤੰਤਰ ਵਿੱਚ ਹੁੰਦੀ ਹੈ, ਕਿਉਂਕਿ ਅਪ੍ਰਤੱਖ ਲੋਕਤੰਤਰ ਦੇ ਵਿੱਚ ਜ਼ਿੰਮੇਵਾਰੀ ਕਿਸੇ ਅਧਿਕਾਰੀ ਦੀ ਸੌਂਪੀ ਹੁੰਦੀ ਹੈ, ਪ੍ਰਧਾਨ ਮੰਤਰੀ ਹੋਵੇ ਜਾਂ ਰਾਸ਼ਟਰਪਤੀ ਹੋਵੇ, ਜਿਸ ਨੇ ਸੰਕਟ ਕਾਲ ਦਾ ਸਾਹਮਣਾ ਕਰਨਾ ਹੁੰਦਾ ਹੈ, ਜਿਹੜਾ ਸੰਕਟ ਕਾਲ ਦਾ ਸਾਹਮਣਾ ਕਰਨ ਲਈ ਆਪਣੇ ਅਧੀਨ ਅਧਿਕਾਰੀਆਂ ਨੂੰ ਕੋਈ ਵੀ ਆਦੇਸ਼ ਦੇ ਸਕਦਾ ਹੈ। ਇਸ ਤਰ੍ਹਾਂ ਤੁਰੰਤ ਕਾਰਵਾਈ ਸੰਭਵ ਹੁੰਦੀ ਹੈ ਪ੍ਰਤੀਨਿਧੀ ਲੋਕਤੰਤਰ ਦੇ ਵਿੱਚ, ਜਿਹੜੇ ਕਿ ਪ੍ਰਤੱਖ ਲੋਕਤੰਤਰ ਵਿੱਚ ਸੰਭਵ ਨਹੀਂ ਹੈ। 11ਵੀਂ ਵਿਸ਼ੇਸ਼ਤਾ ਹੈ ਪ੍ਰਤੀਨਿਧੀ ਲੋਕਤੰਤਰ ਦੀ ਕਿ ਇਸ ਵਿੱਚ ਸ਼ਕਤੀ ਅਤੇ ਜ਼ਿੰਮੇਵਾਰੀ ਇੱਕੋ ਥਾਂ 'ਤੇ ਹੁੰਦੀ ਹੈ। ਬੇਸ਼ੱਕ ਸਰਕਾਰ ਸ਼ਕਤੀਸ਼ਾਲੀ ਹੁੰਦੀ ਹੈ ਇਹਦੇ ਵਿੱਚ, ਪਰੰਤੂ ਸਰਕਾਰ ਨੂੰ ਇਕੱਲੀ ਸ਼ਕਤੀ ਨਹੀਂ ਦਿੱਤੀ ਜਾਂਦੀ, ਸਰਕਾਰ ਨੂੰ ਜ਼ਿੰਮੇਵਾਰੀ ਵੀ ਦਿੱਤੀ ਜਾਂਦੀ ਹੈ। ਕਿਸੇ ਸਰਕਾਰ ਦੇ ਕਾਰਜਕਾਲ ਦੇ ਵਿੱਚ ਕੋਈ ਵੀ ਜੇ ਸਮੱਸਿਆ ਆਉਂਦੀ ਹੈ ਕਿਸੇ ਨੇਸ਼ਨ ਨੂੰ, ਤਾਂ ਮੌਜੂਦਾ ਸਰਕਾਰ ਹੈ ਜਿਹੜੀ ਉਸ ਸਮੱਸਿਆ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੁੰਦੀ ਹੈ, ਅਤੇ ਜੇਕਰ ਸਹੀ ਤਰੀਕੇ ਨਾਲ ਨਹੀਂ ਨਜਿੱਠ ਸਕਦੀ ਤਾਂ ਉਸ ਸਰਕਾਰ ਨੂੰ ਉਸ ਦੀ ਜ਼ਿੰਮੇਵਾਰੀ ਲੈਣੀ ਪੈਂਦੀ ਹੈ। ਜੇਕਰ ਕਿਸੇ ਖੇਤਰ ਦੇ ਵਿੱਚ ਅਸਫਲ ਸਿੱਧ ਹੋਵੇ ਸਰਕਾਰ, ਤਾਂ ਅਗਲੀ ਵਾਰੀ ਜਨਤਾ ਉਸ ਨੂੰ ਬਦਲ ਸਕਦੀ ਹੈ। ਪ੍ਰਤੱਖ ਲੋਕਤੰਤਰ ਦੇ ਵਿੱਚ ਕਿਉਂਕਿ ਹਰ ਕਾਨੂੰਨ ਦੇ ਬਣਾਉਣ ਵਿੱਚ ਜਨਤਾ ਦੀ ਇੰਟਰਫੇਰੈਂਸ ਦੇ ਚਾਂਸਿਸ ਹੁੰਦੇ ਹਨ, ਇਸ ਲਈ ਪ੍ਰਤੱਖ ਲੋਕਤੰਤਰ ਦੇ ਵਿੱਚ ਸਰਕਾਰ ਲਈ ਇਸ ਤਰ੍ਹਾਂ ਖੁੱਲ੍ਹ ਕੇ ਕੰਮ ਕਰਨਾ ਸੰਭਵ ਨਹੀਂ ਹੁੰਦਾ। ਜਦੋਂ ਖੁੱਲ੍ਹ ਕੇ ਕੰਮ ਕਰਨਾ ਸੰਭਵ ਨਹੀਂ ਹੁੰਦਾ ਤਾਂ ਫਿਰ ਕਿਸੇ ਸਰਕਾਰ ਦੀ, ਕਿਸੇ ਅਹੁਦੇਦਾਰ ਦੀ ਜ਼ਿੰਮੇਵਾਰੀ ਨਿਸ਼ਚਿਤ ਕਰਨੀ ਵੀ ਪੋਸੀਬਲ ਨਹੀਂ ਹੁੰਦੀ। 12ਵੀਂ ਖਾਸੀਅਤ ਹੈ ਅਪ੍ਰਤੱਖ ਲੋਕਤੰਤਰ ਦੀ ਕਿ ਵਿਅਕਤੀਗਤ ਭਾਵਨਾਵਾਂ ਨਾਲੋਂ ਰਾਸ਼ਟਰੀ ਹਿੱਤ ਨੂੰ ਪਹਿਲ ਦਿੱਤੀ ਜਾਂਦੀ ਹੈ। ਜਨਮਤ ਸੰਗ੍ਰਹਿ ਵਰਗੇ ਮੌਕਿਆਂ 'ਤੇ ਨਾਗਰਿਕਾਂ ਦੁਆਰਾ ਕਾਨੂੰਨ ਦੀ ਲਾਭਦਾਇਕਤਾ ਜਾਂ ਨੁਕਸਾਨ ਬਾਰੇ ਸੋਚ ਕੇ ਆਪਣੀ ਰਾਏ ਨਹੀਂ ਬਣਾਈ ਜਾਂਦੀ, ਸਗੋਂ ਆਪਣੇ ਨਿੱਜੀ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਰਾਏ ਬਣਾਈ ਜਾਂਦੀ ਹੈ ਪ੍ਰਤੱਖ ਲੋਕਤੰਤਰ ਦੇ ਵਿੱਚ। ਪਰੰਤੂ ਪ੍ਰਤੀਨਿਧੀ ਲੋਕਤੰਤਰ 'ਚ ਜਿਹੜੀ ਵੀ ਪਾਰਟੀ ਨੂੰ ਰਾਸ਼ਟਰ ਜ਼ਿੰਮੇਵਾਰੀ ਸੌਂਪਦਾ ਹੈ, ਉਹ ਪਾਰਟੀ, ਉਹ ਰਾਜਨੀਤਿਕ ਦਲ ਉਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਦਾ ਯਤਨ ਕਰਦੀ ਹੈ। ਭਾਵੇਂ ਵਿਧਾਨ ਮੰਡਲ ਦੇ ਮੈਂਬਰ, ਪਾਰਲੀਮੈਂਟ ਦੇ ਮੈਂਬਰ ਆਪਣੇ ਨਿੱਜੀ ਹਿੱਤਾਂ ਪ੍ਰਤੀ ਵੀ ਸੁਚੇਤ ਹੁੰਦੇ ਹਨ, ਪਰੰਤੂ ਉਸ ਤੋਂ ਜ਼ਿਆਦਾ ਸੁਚੇਤ ਆਪਣੇ ਰਾਜਨੀਤਿਕ ਕੈਰੀਅਰ ਪ੍ਰਤੀ ਹੁੰਦੇ ਹਨ। ਇਸ ਲਈ ਉਹਨਾਂ ਨੂੰ ਚਾਹੁੰਦੇ ਜਾਂ ਨਾ ਚਾਹੁੰਦੇ ਹੋਏ ਵੀ ਨਿੱਜੀ ਹਿੱਤਾਂ ਦੀ ਥਾਂ 'ਤੇ ਰਾਸ਼ਟਰੀ ਹਿੱਤਾਂ ਨੂੰ ਪਹਿਲ ਦੇਣੀ ਪੈਂਦੀ ਹੈ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।